ਅਸੀਂ ਸਾਰੇ ਜਾਣਦੇ ਆ ਉਹਨਾਂ ਦੇ ਹਵਾਲੇ ਨਾਲ ਅੱਜ ਕੱਲ ਤੇ ਲੋਕ ਉਹਨਾਂ ਨੂੰ ਸਿਰਫ ਕੁਝ ਲੋਕ ਜਿਹੜੀ ਸਾਡੀ ਨਵੀਂ ਨਸਲ ਹੈ ਉਹ ਟੀਵੀ ਦੇ ਵਾਰਨਾਂ ਜਾਣਦੇ ਨੇ ਲੇਕਿਨ ਬਹੁਤ ਖੂਬਸੂਰਤ ਸ਼ਾਇਰ ਡਰਾਮਾ ਨਿਗਾਰ ਔਰ ਇੱਕ ਤਖਲੀਕਕਾਰ ਨੇ ਅਦਬ 'ਚ ਉਹਨਾਂ ਦਾ ਇੱਕ ਬੜਾ ਵੱਡਾ ਨਾਂ ਹੈ ਔਰ ਇੱਕ ਹਵਾਲਾ ਉਹਨਾਂ ਦਾ ਇਸ਼ਕੇ ਰਸੂਲ ਵੀ ਹੈ ਮੈਂ ਇਹਨਾਂ ਨੂੰ ਅਕਸਰ ਗੱਲ ਕਰਦਿਆਂ ਇਹਨਾਂ ਨੂੰ ਮੈਂ ਰੋਂਦਿਆਂ ਤੱਕਿਆ ਔਰ ਜਦੋਂ ਕੋਈ ਬੰਦਾ ਰੋਂਦਾ ਤਾਂ ਉਹ ਇੰਤਹਾ ਹੁੰਦੀ ਹੈ ਮੁਹੱਬਤ ਦੀ ਇਸ਼ਕ ਦੀ ਔਰ ਸਾਡਾ ਇਮਾਨ ਮੁਕੰਮਲ ਹੀ ਨਹੀਂ ਹੁੰਦਾ ਜਦੋਂ ਤੱਕ ਅਸੀਂ ਆਪਣੇ ਸੋਹਣੇ ਨਬੀ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਨਾਲ ਇਸ਼ਕ ਨਾ ਕਰੀਏ ਅਤੇ ਰਬੀਉਲ ਅਵਲ ਦੇ ਮੁਬਾਰਕ ਮਹੀਨੇ 'ਚ ਅਸੀਂ ਰਿਕਾਰਡਿੰਗ ਅੱਜ ਕੱਲ੍ਹ ਕਰ ਰਹੇ ਹਾਂ ਇਹਨਾਂ ਦਾ ਇਹ ਲੈਕਚਰ ਜਿਹੜਾ ਅੱਜ ਦਾ ਹੈ ਗੱਲਬਾਤ ਇਹ ਵੀ ਸਾਡੇ ਕੋਲ ਬੜਾ ਅਰਸਾ ਸਾਡੀ ਰਹਿਨੁਮਾਈ ਕਰਦੀ ਰਹੇਗੀ ਕਿਉਂਕਿ ਜਦੋਂ ਵੀ ਇਹ ਬੋਲਦੇ ਨੇ ਤਾਂ ਉਹ ਵਾਕਿਆਤਨ ਆਖਿਆ ਜਾਂਦਾ ਕਿ ਫੁੱਲ ਆਉਂਦੇ ਨੇ ਔਰ ਦਿਲਾਂ ਵਿੱਚ ਚਾਨਣ ਕਰਨ ਵਾਲੀਆਂ ਕਿਰਨਾਂ ਆਉਂਦੇ ਨੇ ਬੜੀ ਮੁਹੱਬਤ ਨਾਲ ਗੁਜ਼ਾਰਿਸ਼ ਕਰਨੀ ਆ ਜਨਾਬ ਔਰੀਆ ਮਕਬੂਲ ਜਾਨ ਨੂੰ ਬਿਸਮਿਲ੍ਲਾ ਤਸ਼ਰੀਫ ਲਿਆਓ ਅਲਹਮਦੁਲਿਲਾਹ ਵਕਫਾ ਵਸਲਾਮ ਅਲਾ ਇਬਾਦਿਹ ਅਲਜ਼ੀਨ ਅਸਫਾ ਅਮਾ ਬਾਦ ਫਅਊਜ਼ ਬਿੱਲਾਹਿ ਮਿਨਸ਼ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਕੁਲ ਇਨ ਕੁੰਤੁਮ ਤੁਹਿੱਬੂਨਾ ਅੱਲਾਹ ਫਤਬਿਊਨੀ ਯੁਹਿੱਬਕੁਮੁਲਲਾਹ ਰੱਬ ਇਸ਼ਰਾਹ ਲੀ ਸਦਰੀ ਵਯਸਰ ਲੀ ਅਮਰੀ ਵਅਹਲੁਲ ਉਕਦਤਮ ਮਿਨ ਲਿਸਾਨੀ ਯਫਕਹੂ ਕੌਲੀ ਸਦਕੱਲਾਹੁ ਅਲਅਜ਼ੀਮ ਮੇਰੇ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਮੈਂ ਸੱਚੀ ਗੱਲ ਬਿਲਕੁਲ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਹਰ ਬੰਦੇ ਨੂੰ ਆਪਣੇ ਆਪ 'ਤੇ ਅਤੇ ਆਪਣੀ ਜ਼ਾਤ ਦੇ ਬਾਰੇ 'ਚ ਪਤਾ ਹੁੰਦਾ ਹੈ ਅਮੂਮਨ ਇਹੋ ਜਿਹੀਆਂ ਗੱਲਾਂ ਨਾਲ ਹੁੰਦਾ ਹੈ ਕਿ ਬੰਦੇ ਦੇ ਅੰਦਰ ਇੱਕ ਐਸਾ ਗਰੂਰ ਆ ਜਾਂਦਾ ਹੈ ਕਿ ਜਿਸ ਤੋਂ ਨਿਕਲਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ ਹਰ ਚੀਜ਼ ਦਾ ਗਰੂਰ ਉਹਦਾ ਇਲਾਜ ਹੈ ਲੇਕਿਨ ਪਾਰਸਾਈ ਅਤੇ ਨੇਕੀ ਦੇ ਗਰੂਰ ਦਾ ਕੋਈ ਇਲਾਜ ਨਹੀਂ ਇਹਦੇ 'ਚ ਬੰਦਾ ਫਸ ਜਾਏ ਤਾਂ ਫਿਰ ਉਸ ਤੋਂ ਨਿਕਲ ਨਹੀਂ ਸਕਦਾ ਦੁਆ ਕਰੋ ਅੱਲਾਹ ਤਾਲਾ ਮੈਂ ਸੋ ਇਸ ਚੀਜ਼ ਤੋਂ ਮਹਿਫੂਜ਼ ਰੱਖੇ ਜਿਸ ਉਨਵਾਨ ਦੇ ਉੱਤੇ ਮੈਨੂੰ ਕਹਿਣ ਦਾ ਮੌਕਾ ਮਿਲਿਆ ਉਹ ਫਿਕਰਾ ਬੜਾ ਕਮਾਲ ਦਾ ਮੇਰੇ ਬਚਪਨ ਦਾ ਫਿਕਰਾ ਚਲਾ ਆ ਰਿਹਾ ਰੋਜ਼ੇ ਦੇ 40 ਜੁਮਲਿਆਂ ਦੇ ਅਸੀਂ ਛੋਟੇ ਜਿਹੇ ਬੱਚੇ ਹੁੰਦੇ ਸਾਂ ਜਦੋਂ ਇਹ ਨਾਤ ਆਮ ਤੌਰ 'ਤੇ ਸਾਡੇ ਘਰਾਂ 'ਚ ਗਾਈ ਜਾਂਦੀ ਸੀ ਉਹਦੀ ਬੁਨਿਆਦੀ ਵਜ੍ਹਾ ਇਹ ਕਿ ਸਾਡੇ ਨਾਨਾ ਸਾਡੇ ਦਾਦਾ ਸਾਡੇ ਵਾਲਦ ਜਿਸਲੇ ਹੱਜ ਕਰਨ ਜਾਂਦੇ ਸਨ ਤਾਂ ਉਹਨਾਂ ਨੂੰ ਕਦੀ ਇਹ ਤਸੱਵਰ ਨਹੀਂ ਸੀ ਹੁੰਦਾ ਕਿ ਉਹ ਜਾਲੀ ਜਿਹਨੂੰ ਉਹਨਾਂ ਨੇ ਆਪਣੇ ਘਰ ਵਿੱਚ ਫਰੇਮ ਕਰਕੇ ਲਾਇਆ ਹੁੰਦਾ ਉਸ ਜਾਲੀ ਤੱਕ ਉਹ ਪਹੁੰਚ ਨਹੀਂ ਸਕਣਗੇ ਬੜਾ ਮੁਸ਼ਕਿਲ ਜਿਹਾ ਸਮਾਂ ਸੀ ਨਵੀਆਂ ਨਵੀਆਂ ਪਾਬੰਦੀਆਂ ਲੱਗੀਆਂ ਸਨ ਔਰ ਉਹ ਲੋਕ ਜਿਹੜੇ ਕਿ ਇੱਕ ਤਵੀਲ ਅਰਸੇ ਤੋਂ ਇਸ ਸਾਰੇ ਮਾਮਲੇ ਦੇ ਵਿੱਚ ਕਈ ਕਈ ਸਾਲਾਂ ਦੇ ਪੈਸੇ ਜਮ੍ਹਾਂ ਕਰਕੇ ਅਤੇ ਕਈ ਕਈ ਅਸ਼ਿਆਂ ਦੀਆਂ ਮਿਹਨਤਾਂ ਕਰਕੇ ਉੱਥੇ ਜਾਂਦੇ ਸਨ ਅਤੇ ਇਸਦੇ ਦੂਰੋਂ ਵੇਖ ਕੇ ਅਤੇ ਆ ਜਾਂਦੇ ਸਨ ਅਤੇ ਉਹਨਾਂ ਲਈ ਬੜੀ ਅਜੀਬ ਗਰੀਬ ਕੈਫੀਅਤ ਹੁੰਦੀ ਸੀ ਇਹਦਾ ਪਹਿਲਾ ਮਿੱਸਾ ਬੜਾ ਤੇਰੀ ਖੈਰ ਹੋਵੇ ਪਹਿਰੇਦਾਰਾ ਮੈਂ ਪਿਛਲੇ ਦਿਨਾਂ ਅਲਾਮਾ ਇਕਬਾਲ ਜਿਸ ਵੇਲੇ ਆਖਰੀ ਉਮਰ 'ਚ ਪਹੁੰਚੇ ਅਤੇ ਉਹਨਾਂ ਦੀ ਹਮਸ਼ੀਰਾਂ ਨੇ ਉਹਨਾਂ ਨੂੰ ਕਿਹਾ ਕਿ ਚਲੋ ਚੱਲ ਕੇ ਹੱਜ ਕਰਕੇ ਆਉਂਦੇ ਹਾਂ ਅਲਾਮਾ ਇਕਬਾਲ ਅਮੂਮਨ ਆਪਣੇ ਆਪ ਨੂੰ ਇਸ ਕੈਫੀਅਤ 'ਚ ਪਾਉਂਦੇ ਹੀ ਨਹੀਂ ਸਨ ਕਿ ਮੈਂ ਰਸੂਲੱਲਾ ਸੱਲੱਲਾਹੁ ਅਲੈਹਿ ਵਸੱਲਮ ਦੇ ਦਰਬਾਰ ਦੇ ਵਿੱਚ ਇਸ ਵਜੂਦ ਔਰ ਇਸ ਗੁਨਾਹਗਾਰ ਵਜੂਦ ਦੇ ਨਾਲ ਹਾਜ਼ਰ ਹੋ ਸਕਾਂਗਾ ਖਾਸ ਤੌਰ 'ਤੇ ਅਸੀਂ ਇੰਗਲੈਂਡ ਗਏ ਨੇ ਅਤੇ ਇੰਗਲੈਂਡ ਜਾਂਦੇ ਹਾਂ ਉਹਨਾਂ ਨੇ ਅਦਨ ਦੀ ਜਿਹੜੀ ਬੰਦਰਗਾਹ ਦੇ ਉੱਤੇ ਖੜ੍ਹੇ ਹੋ ਕੇ ਆਪਣਾ ਖਤ ਲਿਖਿਆ ਵਾਪਸ ਬਿਲਗ੍ਰਾਮੀ ਸਾਹਿਬ ਨੂੰ ਉਸ ਖਤ 'ਚ ਲਿਖਦੇ ਨੇ ਅਤੇ ਮੇਰਾ ਜੀ ਚਾਹੁੰਦਾ ਹੈ ਕਿ ਇਹ ਜਿਹੜਾ ਰੇਗਜ਼ਾਰ ਹੈ ਜਿਹਦੇ ਕਰੀਬ ਆ ਕੇ ਮੇਰਾ ਜਹਾਜ਼ ਰੁਕਿਆ ਹੈ ਅੱਲਾਹ ਤਾਲਾ ਮੈਨੂੰ ਇਸਦੀ ਖਾਕ ਇਸ ਰੇਤ ਵਿੱਚ ਤਬਦੀਲ ਕਰ ਦੇ ਔਰ ਮੈਂ ਉੱਡਦਿਆਂ ਉੱਡਦਿਆਂ ਦਰਬਾਰੇ ਰਸਾਲਤ ਸੱਲੱਲਾਹੁ ਅਲੈਹਿ ਵਸੱਲਮ ਵਿੱਚ ਪਹੁੰਚ ਜਾਵਾਂ ਔਰ ਮੇਰੀ ਰੇਤ ਜਿਹੜੀ ਉਸ ਮਦੀਨੇ ਦੇ ਸਾਰਾ ਵਕਤ ਤਵਾਫ ਕਰਦੀ ਰਹੇ ਉਹਨਾਂ ਨੇ ਇੱਕ ਲੰਬੀ ਚੌੜੀ ਉਹਨੇ ਹਮਸ਼ੀਰਾਂ ਨੂੰ ਕਿਹਾ ਕਿ ਮੈਂ ਕਿਸੇ ਦੇ ਘਰ ਜਾਣਾ ਅਤੇ ਮੈਂ ਕੋਈ ਉਹਦੇ ਲਈ ਤੋਸ਼ਾ ਲੈ ਕੇ ਜਾਂਦੇ ਨੇ ਕੋਈ ਤੋਹਫਾ ਲੈ ਕੇ ਜਾਂਦੇ ਮੇਰੇ ਕੋਲ ਕੁਝ ਨਹੀਂ ਹੈ ਅਤੇ ਉਹਨਾਂ ਨੇ ਕੁਛ ਰੁਬਾਈਆਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਕੋਈ 120 ਦੇ ਕਰੀਬ ਰੁਬਾਈਆਂ ਸਨ ਅਤੇ ਉਹਨਾਂ ਦਾ ਬੁਲਾਵਾ ਆ ਗਿਆ ਔਰ ਚਲੇ ਗਏ ਲੇਕਿਨ ਉਹ ਮਦੀਨਾ ਨਹੀਂ ਜਾ ਸਕਿਆ ਉਸ ਰੁਬਾਈਆਂ ਦੇ ਵਿੱਚ ਇਸ ਰੋਜ਼ੇ ਦੀ ਜਾਲੀ ਚੁੰਮ ਲੈਣ ਦਾ ਜਵਾਬ ਇਕਬਾਲ ਨੇ ਬੜਾ ਖੂਬਸੂਰਤ ਦਿੱਤਾ ਇਕਬਾਲ ਕਹਿੰਦੇ ਸਜੂਦ ਨੀਸ ਹੈ ਅਬਦੁਲ ਅਜ਼ੀਜ਼ ਜੀ ਅਬਦੁਲ ਅਜ਼ੀਜ਼ ਮੈਂ ਕੋਈ ਸਜਦਾ ਤਾਂ ਨਹੀਂ ਕਰ ਰਿਹਾ ਬਰੂਬ ਮਜ਼ ਮਜ਼ਾ ਖਾਕੇ ਤਰੇ ਦੋਸਤ ਮੈਂ ਤਾਂ ਯਾਰ ਦੇ ਦਰਵਾਜ਼ੇ 'ਤੇ ਆਪਣੀ ਪਲਕਾਂ ਨਾਲ ਝਾੜੂ ਦੇ ਰਿਹਾ ਇਹ ਕੈਫੀਅਤ ਇੱਕ ਵਰੁਫਤਗੀ ਦੀ ਜਿਸ ਲਈ ਇੱਕ ਇਨਸਾਨ ਕਿਸੇ ਆਪਣੇ ਮਤਮੈ ਨਜ਼ਰ ਨੂੰ ਵੇਖਦਾ ਹੈ ਤਾਂ ਅਗਰ ਉਹ ਆਪਣੇ ਹਾਲ ਅਤੇ ਆਪਣੇ ਵਜੂਦ ਜਿਹੜੇ ਸਮਝੋ ਕਿ ਉਹ ਮੁਹੱਬਤ ਨਹੀਂ ਕਰ ਰਿਹਾ ਉਸ ਦੀ
पहला देखने की अदा तो अंदाजा हो सकता है कि कितनी को मुहब्बत करता है और किस तरह बेचैन होकर उस तरफ गया है और किस तरह उन्हें अपने आप की होश बाकी नहीं रह गई। नाते उत्ते मेरा ख्याल है इंसानी तारीख में किसी एक शख्सियत उत्ते इतनी खूबसूरत शायरी नहीं हुई जिन्नी किसी और से हुई हो। खुद से बड़े बड़े लोग इस दुनिया से आए हैं, डंके वजते रहे हैं लोगों के, उन्होंने बारे कसीदे लिखे जाते सन। दुनिया के अच भी उन्होंने सिर्फ निशानियां बाकी ने, जो अल्लाह कहना सीर फिर जाओ दुनिया वेखो ना, जिन लोग इतने बादशाह बन के बैठे सन। फिरौन के बारे कहा जाता है कि जिसने निकलता सी तो उसने उसके इर्द गिर्द इतना ज्यादा लोग और इतना ज्यादा जिन्होंने कहते एक तस्वर बनाया होता से उन्होंने सारा कुछ को दुनिया के कोई दावा कर तो बगैर रह नहीं सकता सी कि मैं फिरौन नहीं। इतनी करोफर इन्नी जबरदस्त कोई एक कोई बारे चो को कसीदा मिलता है किसी एक तकोना जहा आराम मिसर नजर आता है जिसे किसी की मम्मी पई है तुम जाकर ढूंढते हो मिटे नामियों के निशान कैसे कैसे जमीन खा गई आसमान कैसे कैसे। लेकिन सैयद अंबिया सल्लल्लाहु अलैहि वसल्लम जिन्होंने बारे अल्लाह फरमाते ने बड़ा फाना लेकर जिक्र असं तुम्हारा जिक्र बुलंद किया है उस बारे हजरत सैयद अंबिया जमाने में जी नात शुरू हुई हैं। मैं तुम्हें एक नात सुना के खूबसूरत वाक्य सुना चाहना। इस नात चार अशार ने हजरत हसान बिन साबत की नात है और हसान बिन साबत वो ने जिन्होंने रसूलुल्लाह के जमाने मिंबरे रसूल ते खड़े होने का एजाज हासिल होया। जिसे आयत उतरी है वमा अल्लमनाहु शेरा वमा यंबगी लहू क्या नबी असी तुहानू शायरी सिखाई नहीं कि तुसी शायरी तुहाडे शायान शान नहीं है। तो हसान ने जवाब दिता सी शायरी की शान एवे कि तुहाडे सामने पेश हो रही है। वह हसान का शेर एक वासना मिन कलम तरकत तो आए नहीं कि किसी अख ने अज तक यहोजा हसीन मंजर नहीं वेख्या जो है शेरा आपका वासना मिन कलम तरकत तो आए नहीं अचमल मिन कलम तरह दिल नसाए और एडा हसीनो जमील शख्स किसी मां ने अज तक पैदा नहीं किया। और जब सब तो खूबसूरत गल की थी खुलिक त मुबर्राम मिन कुल्ले आए पे अल्लाह तारा ने तुम्हें बगैर किसी ऐप से पैदा किया कहीं ना कत खुलिक त कमा तशाओ इंज लगता अल्लाह नू अल्लाह ने तुम्हें तुम्हारी मर्जी के मुताबिक बनाया यानी रसूलुल्लाह सल्लल्लाहु अलैहि वसल्लम की मर्जी भी कमाल से कि जिन्हें जिन्हें इन्ने हसीन इन्ने खूबसूरत शख्स ने दुनिया पैदा किया। उस जमाने एक शायर सन काब बिन जहीर उन्होंने वालिद जहीर बिन नबी सलमा बहुत बड़े शायर सन बहुत बड़े उन्होंने लोगों चो जिन्होंने सत्त बंदे जिन्होंने कसीदा खाना काबा च सभा मुल्का जिन्होंने कहने लटकया होंगे तो बड़े मने माने शायर सन। उन्होंने पता चलिया कि नदीने च रसूल अल्लाह सल्लल्लाहु अलैहि वसल्लम पहुँच गए हैं तो चलो चलिए जाके ईमान कबूल करिए। तो मदीने के बाहर रुक गया वो अरबाद में अपने आप में बहुत कुछ समझने की बड़ी एबिलिटी होंगी सी कि असं बड़ी वड्डी चीज़ हाँ और अंदाजा करो कि पूरा मुआशरा सिर्फ सिर्फ शायरी से बेस करता से। आकाश का मेला जो हों तो जोड़ा बंदा शेर नहीं सुना सकता उन्होंने सौदा नहीं सन बेचते कैसा अजीब बकरीब मुआशरा है। खुद अगर तुम्हारे तो बारे में कहा जाता कि आप शेर इन्हें अच्छे नहीं सन जानते तो एक शायर ने फड़े होंगे कि तू जा तो जाके दो शेर सुना ताकि मैं सौदा खरीद सकूँ। उस बंदा बाहर गया तो अपने छोटे भाई ने भेजा कि तू जा पता करके रसूलुल्लाह सल्लल्लाहु अलैहि वसल्लम कैसे ने। जिसलै वो उत्थे पहुँचे तो हर बात है नूरे नबूवत की शान ऐसा मुतासर होया कि वह इस्लाम कबूल कर लिया और उन्हें भेजा उन्हें अपने भाई ने मैसेज भेजा कि तू भी आ जा मैं तो हूँ वापस नहीं आ सकता मैं इतने इस्लाम कबूल कर रहा। वही जरा कि जिसल परवाना शमा के कोल पहुँच जाता है फिर वापस नहीं लौटता फिर इतला देने नहीं आता कि उसे शमा जल गई है तुम आ जाओ उत्थे उत्थे जला जल के बसम हो जाता। उन्हें काब ने सोचा कि एक देखो मैं एडा वा शायर हाँ मैंने कोई इज्जत तकलीफ नहीं। उन्हें रसूलुल्लाह सल्लल्लाहु अलैहि वसल्लम के बारे से एक हिजब लिखते आपको पता चले आपने फरमाया कतल कर दिया ढूंढता टांडता फिरता फरांदा हुक्म हो गया से अपने कबीले को चला गया। कबीला अरबा का कबीला ऐसी कि कोई बदतरीन जुर्म भी कर सन अरब जो सन उस वे तहफुज देते सन कोई कबीले का आदमी
ਨਾਜਾਇਜ਼ ਕਤਲ ਕਰਕੇ ਆ ਗਿਆ, ਨਾਜਾਇਜ਼ ਚੋਰੀ ਕਰਕੇ ਆ ਗਿਆ, ਨਾਜਾਇਜ਼ ਕਿਸੇ ਨੂੰ ਰੇਪ ਕਰਕੇ ਆ ਗਿਆ, ਕੁੜੀ ਅਗਵਾ ਕਰ ਲਈ, ਉਹਦੇ ਬਾਵਜੂਦ ਵੀ ਕਬੀਲਾ ਕਹਿੰਦਾ ਸੀ ਕਿਉਂਕਿ ਮੇਰੇ ਕਬੀਲੇ ਨਾਲ ਤਾਂ ਲੱਗਦਾ ਕੱਲ੍ਹ ਨੂੰ ਇਹਨੇ ਵੀ ਮੈਨੂੰ ਪ੍ਰੋਟੈਕਸ਼ਨ ਦੇਣੀ ਹੈ, ਇਹ ਅੱਜ ਦੀ ਪ੍ਰੋਟੈਕਸ਼ਨ ਦੇਵਾਂਗੇ, ਅਸੀਂ ਇਹਦੀ ਤਹਿਫ਼ੁਜ਼ ਕਰਾਂਗੇ। ਆਪਣੇ ਕਬੀਲੇ ਕੋਲ ਗਿਆ, ਮੇਰੇ ਬਾਰੇ 'ਚ ਹੁਕਮ ਹੋ ਗਿਆ ਹੈ, ਮੈਂ ਕੀ ਕਰਾਂ? ਆਪ ਹੈਰਾਨ ਹੋਣਗੇ ਕਿ ਉਹ ਕਬੀਲੇ ਨੇ ਕਿਹਾ ਕਿ ਨਹੀਂ, ਉਹ ਜ਼ਮਾਨਾ ਗੁਜ਼ਰ ਗਿਆ ਜਦੋਂ ਅਸੀਂ ਹਰ ਜਾਇਜ਼ ਨਾਜਾਇਜ਼ ਕੰਮ ਉੱਤੇ ਅਸੀਂ ਲੋਕਾਂ ਨੂੰ ਤਹਿਫ਼ੁਜ਼ ਦੇਣੇ ਸਾਂ। ਨਬੀ ਐਸਾ ਆ ਗਿਆ ਜਿਹਨੇ ਕਿਹਾ ਨਹੀਂ, ਤਹਿਫ਼ੁਜ਼ ਸਿਰਫ ਜਾਇਜ਼ ਕੰਮ ਦਾ ਹੁੰਦਾ ਹੈ। ਹੈਰਾਨ, ਇਕਦਮ ਇਤਨਾ ਹੈਰਾਨ ਹੋਇਆ ਸ਼ਦੀਦ ਕਿ ਇਹ ਕੌਣ ਆ ਗਿਆ? ਟੁੰਡਿਆ ਕੋਈ ਐਸਾ ਬੰਦਾ ਟੰਡੋ ਕਿ ਜਿਹੜਾ ਕਿ ਮੈਨੂੰ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਕੋ ਮਾਫ਼ੀ ਲੈ ਜਾਏ। ਸੈਯਦਨਾ ਅਬੂ ਬਕਰ ਸਦੀਕ ਨੂੰ ਉਹਨੇ ਟੁੰਡਿਆ, ਆਪ ਸੁਬਾਹ ਦੇ ਅੰਧੇਰੇ ਦੇ ਵਿੱਚ ਫਜਰ ਦੀ ਨਮਾਜ਼ ਦੇ ਵਕਤ ਉਹਨੂੰ ਆਪਣੇ ਪਿੱਛੇ ਪਿੱਛੇ ਲੈ ਕੇ ਆਏ। ਔਰ ਖੁਦ ਚੁੱਕੇ ਬੜੇ ਅੱਛੇ ਸ਼ਾਇਰ ਸਨ, ਉਹਨਾਂ ਦੀ ਮਸ਼ਹੂਰ ਜਿਹੜੀ ਬਹਮਦ ਖੁਦ ਬਿਲੁਤਫ ਕੇ ਜਾਇਲ ਆਈ ਮਿਲ ਲਹੂ ਜ਼ਾਦੁਨ ਕਲੀਲ, ਉਹ ਬੜੇ ਬਹੁਤ ਖੂਬਸੂਰਤ ਸ਼ਾਇਰ ਸਨ, ਅਰਬਾਂ ਦੇ ਹਰ ਬੰਦਾ ਸ਼ਾਇਰ ਸੀ ਹਰ ਬਾਤ। ਉਹ ਲੈ ਕੇ ਉਹਨੂੰ ਜਿਸਦੇ ਪਹੁੰਚੇ ਨੇ, ਤਾਂ ਮੈਂ ਸਿਰਫ ਅਰਜ਼ ਕਰਨਾ ਚਾਹੁੰਦਾ ਕਿ ਉਹ ਆਪਨੇ ਕਿਹਾ ਕਿ ਇੱਕ ਸ਼ੇਰ ਪੜ੍ਹੇ ਕਿ ਇੱਕ ਐਸਾ ਆਦਮੀ ਹੈ ਜਿਹੜਾ ਤੁਹਾਡੀ ਇਹਦੀ ਸਾਇਆ ਕਰੀਮੀ ਔਰ ਰੀਮੀ 'ਚ ਪਨਾਹ ਲੈਣਾ ਚਾਹੁੰਦਾ, ਅਤੇ ਬਾਨਤ ਸਾਦ ਦਾ ਮੁਸੰਨਫ ਕਾਬ ਜਿਹੜਾ ਛਲਾਂਗ ਲਗਾ ਕੇ ਬਾਹਰ ਆਇਆ, ਤਾਂ ਉਹਨੇ ਕਸੀਦਾ ਸ਼ੁਰੂ ਕੀਤਾ। ਅਰਬਾਂ ਦਾ ਕਸੀਦਾ ਬੜਾ ਖੂਬਸੂਰਤ ਹੁੰਦਾ ਸੀ। ਅਰਬ ਜਿਹੜੇ ਨੇ ਕਿਸੇ ਖਿਆਲੀ ਮਸ਼ਰੂਕ ਦੀ ਤਾਂ ਸ਼ਾਇਰੀ ਨਹੀਂ ਸਨ ਕਰਦੇ, ਮਸ਼ਰੂਕ ਮੌਜੂਦ ਹੁੰਦੀ ਸੀ ਔਰ ਦੁਨੀਆ ਉਹਨੂੰ ਜਾਣਦੀ ਸੀ, ਉਹਨੂੰ ਸ਼ਾਇਰੀ ਕਰਦੇ ਸਨ। ਅਤੇ ਉਹਦੀ ਮਸ਼ਰੂਕ ਦਾ ਨਾਂ ਸੀ ਬਾਨਤ ਸਾਦ। 32 ਸ਼ੇਰ ਉਸ ਖਾਤੂਨ ਦੀ ਤਾਰੀਫ ਵਿੱਚ ਨੇ, ਔਰ ਇਸ ਤਰ੍ਹਾਂ ਦੀ ਤਾਰੀਫ ਹੈ ਕਿ ਤੁਸੀਂ ਅੱਜ ਕਿਸੇ ਆਮ ਮਹਿਫਲ ਦੇ ਵਿੱਚ ਬਿਆਨ ਕਰੋ ਤਾਂ ਕਹੋਗੇ ਯਾਰ ਕੀ ਅਜੀਬ ਆਦਮੀ, ਔਰ ਮਸਜਿਦ ਵਿੱਚ ਰਸੂਲਾ ਬੈਠੇ ਨੇ ਔਰ ਬਿਆਨ ਕਰ। ਜਿਹਦਾ ਮੈਂ ਸਿਰਫ ਸਭ ਤੋਂ ਅਲਕਾ ਸ਼ੇਰ ਮੈਂ ਸੁਣਾਵਾਂ ਕਿ ਉਹਨੇ ਕਿਹਾ ਕਿ ਉਸਦਾ ਵਜੂਦ ਮੇਰੇ ਹੱਥ 'ਚ ਐਸਾ ਸੀ ਜਿਸ ਤਰ੍ਹਾਂ ਤਾਜ਼ਾ ਤਾਜ਼ਾ ਪਾਣੀ 'ਚੋਂ ਕੱਢੀ ਮੱਛਲੀ ਹੁੰਦੀ ਹੈ, ਬਸ ਇਸ ਤਰ੍ਹਾਂ ਦੀ। ਔਰ ਇਹ ਨਬੀ ਸੁਣ, ਆਪ ਮੈਂ ਅਕਸਰ ਉਲਮਾ ਸੇ ਕਹਤਾ ਹੂੰ ਕਿ ਆਪ ਇਸ ਤਰ੍ਹਾਂ ਕੀ ਸ਼ਾਇਰੀ ਆਪ ਮਸਜਿਦ ਮੈਂ ਕਰਕੇ ਦਿਖਾਏ, ਆਪ ਕੋ ਡੰਡੇ ਮਾਰ ਕੇ ਨਿਕਾਲ ਦੇ। ਇਹ ਪੂਰਾ ਸੁਣਾਨੇ ਕੇ ਬਾਅਦ ਫਿਰ ਉਹ ਜਬ ਆਇਆ ਹੈ ਕਿ ਮੈਂ ਇਸ ਸਾਰੇ ਹੁਸਨ ਕੋ ਪੀਛੇ ਛੋੜ ਕੇ ਮੈਂ ਕੈਸੇ ਹੁਸਨ ਕੇ ਪਿੱਛੇ ਆ ਗਿਆ ਕਿ ਜਿਸ ਨੇ ਇਸ ਕਾਇਨਾਤ ਕੋ ਮਸੂਰ ਕਰ ਦਿਆ। ਉਸ ਕਾਇਨਾਤ ਕੀ ਮਟੀਰੀਅਲਿਜ਼ਮ, ਮਾਦੀਅਤ ਕੋ ਉਸਨੇ ਜਿਸ ਰਿਜੈਕਟ ਕੀਆ, ਵਾਹਿਦ ਕਸੀਦਾ ਹੈ ਕਿ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਉੱਠੇ ਔਰ ਆਪਣੇ ਚਾਦਰ ਉਸਕੇ ਗਲੇ ਮੇਂ ਪਹਿਨਾ ਦਿਆ। ਪਹਿਲਾ ਅਸਲ ਕਸੀਦਾ ਬੁਰਦਾ ਜੋ ਹੈ ਉਹ ਬਾਨਤ ਸਾਦ ਕਾ ਕਸੀਦਾ ਸੀ। ਉਸ ਵਕਤ ਸੇ ਸੈਯਦੁਲ ਅੰਬੀਆ ਸੱਲੱਲਾਹੁ ਅਲੈਹਿ ਵਸੱਲਮ ਕੀ ਨਾਤੇ ਲਿਖੀ ਜਾ ਰਹੀ ਹੈ। ਔਰ ਆਪ ਆਈਏ, ਕੌਣ ਸੀ ਜ਼ੁਬਾਨ ਐਸੀ ਹੈ ਜਿਸ ਕੇ ਅੰਦਰ ਆਖਰੀ ਮੁਕਾਮ ਪੇ, ਮੈਂ ਕਭੀ ਕਭੀ ਜਾਮੀ ਕੋ ਆਪਣੇ ਨਸੀਮਾ ਜਾਨਬ ਬਥਾ ਗੁਜ਼ਰ ਕੁਨ ਜ਼ਿਆ ਹਵਾਲ ਮੁਹੰਮਦ ਰਾ ਖਬਰ ਕੁਨ ਬਬਰਨੀ ਜਾਨ ਮੁਸ਼ਤਾਕਮ ਸੇ ਆ ਜਾ ਖੁਦਾ ਹੀ ਕਰਮ ਬਾਰੇ ਜ਼ਿਕਰ ਕੁਨ। ਔਰ ਉਹ ਕਿਆ ਕਿਆ ਚੀਜ਼ੇ, ਤਨਮ ਫਰਸੂਦਾ ਜਾਂ ਪਾਰਾ ਹਿਜਰਾਂ ਯਾ ਰਸੂਲ ਅੱਲਾ। ਲਗਤਾ ਹੀ ਨਹੀਂ ਕਿ ਆਪਨੇ ਇਸ ਦੁਨੀਆ ਕੀ ਕਿਸੀ ਆਮ ਸ਼ਖਸੀਅਤ ਸੇ ਇਸ਼ਕ ਕੀਆ ਹੋ, ਤਮਾਮ ਨਾ ਤੁਮ ਤਨਮ ਫਰਸੂਦਾ, ਮੇਰਾ ਤਨ ਫਰਸੂਦਾ ਹੋ ਚੁੱਕਾ। ਫਰਸੂਦਾ ਕਹਤੇ ਜਿਸੇ ਕਹਤੇ ਨਾਕਾਬਲੇ, ਜੈਸੇ ਕਹਿੰਦੇ ਦੁਨੀਆ ਚੱਲਣ ਫਿਰਨ ਦੇ ਵੀ ਕਾਬਲ ਨਹੀਂ ਰਹਿ ਚੱਲਦਾ, ਜਿਹੜੀ ਚੀਜ਼ ਉਹ ਬੜੀ ਕੈਫੀਅਤ ਜਾਮੀ ਸਾਹਿਬ। ਫਿਰ ਸ਼ੇਖ ਸਾਜੀ ਬਲਾ ਬਲ ਲਾਬ ਕਮਾਲੇ ਹੀ ਕਸ਼ਫਤ ਤੁਜਾਬ ਜਮਾਲੇ ਹਸਨਤ ਜਮੀ ਖਸਾਲੇ ਸੱਲੂ ਅਲੈ ਵਾਲੇ। ਇਹ ਚਾਰ ਮਿਸਰੇ ਇਸ ਤਰ੍ਹਾਂ ਕੇ ਹੈ ਕਿ ਇਸ ਕਹਾ ਜਾਤਾ ਹੈ ਕਿ ਇਨ ਚਾਰੋਂ ਮਿਸਰੋਂ ਮੈਂ ਪਰਫੈਕਸ਼ਨ, ਕਿਉਂਕਿ ਚੌਥਾ ਮਿਸਰਾ ਖੁਦ ਸੈਯਦੁਲ ਅੰਬੀਆ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਜੋ ਹੈ ਇਸ ਕੋ ਖੁਦ ਲਿਖਵਾਇਆ ਖਾਬ ਮੈਂ, ਕਿਉਂਕਿ ਤੀਨ ਮਿਸਰੇ ਹੋ ਗਏ ਤੇ ਸ਼ੇਖ ਸਾਦੀ ਕੇ ਬਲਗਲ ਲਾਬ ਕਮਾਲ ਹੀ ਪਹੁੰਚਾ ਬੁਲੰਦੀਓਂ ਪੇ ਆਪਣੇ ਕਮਾਲ ਸਨ ਹਸਨਤ ਜਮੀ ਖਸਾਲੇ, ਜਿਸਕੇ ਖਿਸਾਲ ਖੁਸ਼ ਜਿਸਕੇ ਉੱਪਰ ਖੁਸ਼ਖਸਾਲੀ ਕੇ ਉੱਪਰ ਤਮਾਮ ਚੀਜ਼ੇ ਖਤਮ ਹੈ, ਯਾਨੀ ਆਖਰੀ ਸਤਹ ਪਰ ਪਹੁੰਚਾ। ਔਰ ਬਲਕਲ ਉਲਾਬ ਕਮਾਲ ਹੀ ਕਸ਼ਫਤ ਦੁਜਾਬ ਜਮਾਲ ਹੀ ਨਾ ਪੈਦ ਜ਼ੁਲਮਤੇ ਹੋਈ ਜਿਸਕੇ ਜਮਾਲ ਸੇ ਹੁਸਨ ਸਿਫਾਤ ਖਤਮ ਹੈ ਜਿਸ ਖੁਸ਼ਖਸਾਲ ਪਰ ਇਹ ਖਤਮ ਹੋ ਗਿਆ ਤੁਮ ਖਾਬ ਦੇਖਤੇ ਹੈ ਕਿ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਹਾਜ਼ਰ ਹੈ, ਅਗਲਾ ਮਿਸਰਾ ਨਹੀਂ ਹੋ ਰਿਹਾ ਥਾ ਤਾਂ ਮੈਂ ਉਨਕੋ ਵਜ਼ੂ ਕਰਵਾ ਰਹਾ ਹੂੰ, ਤਾਂ ਕਿਹਾ ਕਿ ਸਾਦੀ ਵੋ ਸੁਣਾਓ ਕਿਆ ਕੁਛ ਵਕਤ ਲੋਕ ਥੇ। ਆਪਨੇ ਉਹ ਤਿੰਨੋਂ ਮਿਸਰੇ ਸੁਣਾਏ, ਬਲਗ ਅੱਲੁਲਾ ਬ ਕਮਾਲ ਹੀ ਕਸ਼ਫਤ ਦੁਜਾ ਬ ਜਮਾਲ ਹੀ ਹਸਨਤ ਕਾ ਚੌਥਾ ਮਿਸਰਾ ਜੇ ਹੈ ਸੱਲੂ ਅਲੈਹਿ ਵਾਲੇ। ਔਰ ਜਿਸ ਮਿਸਰੇ ਕੋ ਜਿਸਕੀ ਚੌਥਾ ਮਿਸਰਾ ਖੁਦ ਸੈਯਦੁਲ ਅੰਬੀਆ ਕੀ ਜ਼ਾਤ ਸੁਣਾਏ ਉਸਕੀ ਕਮਾਲ। ਫਿਰ ਇਮਾਮ ਬਸੀਰੀ ਜਿਸਕਾ ਹਮ ਰੋਜ਼ ਕਸੀਦਾ ਬੁਰਦਾ ਸੁਣਾਤੇ ਹੈ, ਉਸ ਬਸੀਰੀ ਜੋ ਬਾਦਸ਼ਾਹੋਂ ਕੇ ਕਸੀਦੇ ਲਿਖਾ ਕਰਤੇ ਥੇ, ਜੈਸੇ ਹਮਾਰੇ ਯਹਾਂ ਲਿਖੇ ਜਾਤੇ ਹੈਂ
गालिब ने भी लिखा, बाकी लोगों ने सब ने लिखी, कौन है जिसने नहीं लिखा, बड़े बड़े लोगों ने लिखे, तारीख भरी पड़ी है कसीदा खानों। फालिज हो गया, फालिज हो गया तो दुआ करने के लिए गए और मस्जिद नबी में बैठे रहे और दुआ करते थे रौज़ा रसूल के सामने बैठ के कि अल्लाह ताला मुझे दे। तो एक दिन कहते हैं कि सैयदुल अंबिया सल्लल्लाहु अलैहि वसल्लम मुझे ख्वाब में आए, क्योंकि वक्त हो गया था जाने का, तो मुझे कहने लगे कि सबको कसीदा लिखे, हमारा नहीं लिखोगे। और आप अंदाज़ा करें कि इमाम मुसीरी ने जो कसीदा लिखा है, कसीदा जिसको आप आज आम दौर में कसीदा बुर्दा आप कह के पढ़ते हैं, जो हमने बहुत सारे लोगों ने गाया है कि वल्लज़ी तुर्जा शफात हो वाली जो कसीदा, आप सल्लल्लाहु अलैहि वसल्लम ने रात को फिर ख्वाब में आए हैं और फरमाया कि मुझे कसीदा सुनाओ, मौला जा सल्ले वसल्लम दायमन नबदन वाला कसीदा है, और आप उनके जिस्म पे हाथ फेरते जाते थे, कसीदा सुनते जाते थे और फालिज जो उनका ठीक हो गया था। और सुबह कहते हैं जब मैं बाहर निकला तो लोग हम मुझसे पूछ रहे थे वो कसीदा सुनाओ जो तुमने रात को सुनाया, और किस हद तक उसकी पजीराई मिली है कि उस रसूलुल्लाह सल्लल्लाहु अलैहि वसल्लम के रोज़ा रसूल का जो ताला है, उस ताले की जो उसके ऊपर इस तरह सीधा सा ताला जो कमान की तरह बना, उसके ऊपर लिखा वल्लज़ी तुर्जा शफात हो लिकुल्ले हौल मिन हवाले मख्तमी, कि तो आप सल्लल्लाहु अलैहि वसल्लम जो हैं असल में शफात के मंबा हैं और आप सल्लल्लाहु अलैहि वसल्लम की हम शफात के तरफकार हैं। ये है पजीराई, ये अब पजीराई हर एक को मिली है जिस शख्स ने भी सैयदुल अंबिया सल्लल्लाहु अलैहि वसल्लम की शान में चंद जुमले। इकबाल, मैं कभी कभी सोचता हूँ कि जिस सतह की इश्क रसूल की कैफियत इकबाल के अंदर पाई जाती है, जिस तरह ये जो नात हम रोज़ पढ़ते हैं गुंबद आप भी न रंग तेरे मुहित में हबाब, उसका जो आखिरी शेर है कि तेरा इश्क तेरा अगर ना हो, शौक तेरा अगर ना हो, मेरी नमाज का इमाम, मेरा क़याम भी हिजाब, मेरा सजूद भी हिजाब। और हर जगह पे खुद हमारी पंजाबी जुबान की अगर शायरी उठाई जाए, आप सोचें कि कौन सा ऐसा हमारा बड़ा शायर है कि जिसने सैयदुल अंबिया सल्लल्लाहु अलैहि वसल्लम, ख्वाह वो बारस शाह साहब हों, ख्वाह वो बाबा बुल्ले शाह हों, और मियां मोहम्मद तो खैर कमाल है उसके, उन्होंने आखिर में जो कुछ कह, जिसने सैयदुल अंबिया की तारीफ में रतबुल लिसान होके जो है आपकी आप शारी ना की, ये अगरचे कमाल की सूरत हाल, यानी अल्लाह तबारक व तआला की, मैं कभी कभी मुआज़ना करता हूँ, अल्लाह बादशाह है, बहुत बड़ा बादशाह है, उसी की तारीफ उसी की हम्द करनी चाहिए। खुद रसूल अकरम सल्लल्लाहु अलैहि वसल्लम ने कहा है कि क़यामत के दिन लिवाइल हम्द हम्द का झंडा मेरे हाथ में होगा, और ये बहुत बड़ा झंडा है। लेकिन आप हम्द और नात का मुआज़ना करें, आपको नात के अंदर जो तड़प नज़र आएगी वो हम्द में नज़र नहीं आएगी, पूरे के पूरे गालिब जैसा बंदा जब खड़ा होता, गालिब सनाए ख्वाजा बजस्ता उदाशतें दाँ पात पाक मरतबा ताने मुहम्मद, ये वो कैफियत है कि जो रसूलुल्लाह सल्लल्लाहु अलैहि वसल्लम की ना, क्योंकि रसूलुल्लाह सल्लम की नात के बारे में मुझे एक बहुत खूबसूरत बात मैं आपको बताऊं, मैं हज पे था दूसरी दफ़ा जब गया हूँ 2012 में, तो एक बेल्जियम का एक जो था बंदा वो मुझे मिला, ये शख्स पादरी था और अल्लाह ताला ने इस शख्स को एक ऐसी ईमान की रोशनी अदा की थी कि वो पादरी से मुसलमान हो गया था। उसकी कमाल की बात यह थी कि उसके चेहरे की तरफ घूर के चंद सेकंड भी देखा नहीं जा सकता था, अल्लाह ने ऐसी तजल्ली उसके चेहरे पर रखी हुई थी। मैंने उससे सवाल किया, मैंने कहा आप कैसे मुसलमान हो गए, उसने कहा कि मैंने मुख्तलिफ सवालात मेरे जहन में उठते थे तो मुझे जवाब नहीं मिलता था, तो मैंने कुरान पढ़ना शुरू किया, तो जब एक दो सवालात का जवाब मुझे मिल गया तो मैंने कुरान बंद कर दिया और मैं मिस्र चला गया, और मैंने वहाँ बैठ के 2 साल अरबी सीखी ताकि मैं कुरान को समझ सकूँ। हम समझते हैं कि कुरान तर्जमे से हम पढ़ लेंगे, बुल्ले शाह का जो शेर है जड़ा बुलिया की जाना मैं कौन, इन तर्जमा को करके बखाए, बेशक उर्दू च करके बखाए, मैं अंग्रेजी च करके बखाए, जब बुल्ले शाह का मिसरा तर्जमा नहीं हो सकता तो अल्लाह ताला का कलाम कुरान के साथ तर्जमे च हो सकता है। उन्हें कहा मैं पहला मैं चला गया उत्थे, मैं जाके उत्थे जाके मैं अरबी सीखी और उसके बाद मैं कुरान पढ़ना शुरू किया। एक मैं उन्होंने आर्गूमेंट की, कहता मैं जो बंदा मिलता है ना जो कहता है कि अल्लाह तबारक व तआला की जात
है कि नहीं है। मैं उन्होंने कहा अल्लाह बन बाद पहुँचाँगे, पहले तू मोहम्मद रसूलुल्लाह सल्लम की जात तक पहुँच के वेख के कैसी शख्सियत है। और ए शख्सियत है ये झूठ नहीं बोलती तो फिर अल्लाह है, यानी जिससे रसूलुल्लाह सल्लल्लाहु अलैहि वसल्लम जिससे सफा के किनारे पहुंचे ने पहली दफा, तो आपने ये नहीं कहा कि मैं तुम्हें दसन आया कि इतने दुनिया मालिक ते मुख्तार अल्लाह है, या मैं तुम्हें दसन आया कि मैं अल्लाह का रसूल, बिल्कुल नहीं किया। फिकरा बोलिया कतलब इस्तफीक उम उमरी, मैं तुहाडे दरम्यान उम्र गुजारी है, मैं कैसा इतने नहीं रुके। फिर दूजा टेस्ट दिता, यह बड़ा छोटा जहा पहाड़ है, मैं कह कि पिछे एक बहुत बड़ा लश्कर है जो मक्के ते हमला करना, मन लोगे? बाबा दे बुलंद हर बंदे ने कहा असी मनांगे, अबू लहब दे बंदे ने कहा पहला मैं तलवार लैन घर जाऊंगा तो फिर वेखांगा कि लश्कर है कि नहीं। उस मुहम्मद सल्लल्लाहु अलैहि वसल्लम की जुबान तो निकलिया बन एक अरब का शायर होर, क्योंकि शायरी की गल चल रही है, अरब का शायर एक और अबू जेल को आ गया। उन्हें कहा मैं टुरदा फिरदा चलता फिरदा आया, मैं पता चलिया कि इतने एक ऐसा शख्स है जिन्होंने तुम शायर तो मजनून कहते हो, मैं वेखा तो सही मैं इन्ना कोई शायरी पढ़ चुके हैं, मैं वेखा तो सही किस 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 तरह तो बोलता है, मनु नहीं पता चलेगा कि कलाम है अल्लाह का नहीं है। अबू जेल असल ना अबुल हिकम से दानाई का बाप, रसूल्ला ने अलबल अबुल जेल ना दिता, उन्हें कहा ना जा खार हो जाएगा, नहीं मैं जाना है। चले गए दारे अरकम में आप बैठे से, आपने फरमाया आपने आके कहता कि मैं सुने कि तुम शायरी कर दो, आपने कहा मैं शायरी नहीं करता, मैं तो जो अल्लाह ताला का कलाम उतर रहा है वो मैं सुना, पर मैं मैंने तुम सुना दोगे। आपने वो फिकरे पढ़ने शुरू किए जे उम्मत 1400 साल के खुतबे के आगाज पढ़ते हैं, अलहमदुल्ला नहमदू व नस्तईनहू व नस्तग़फिरहू व नूमिनु बिही व नतवक्कलु अलैहि व नऊज़ु बिल्लाहि मिन शुरूरि अन्फुसिना व मिन सय्यिआति आमालिना, मन यहदिहिल्लाहु फला मुदिल्ला लहु व मन ومن يهده الله فلا مضل له ومن يضلل فلا هادي له واشهد ان لا اله الا الله حرام رہ گیا۔ عرب میں دستور تھا کہ دوسری دفعہ بھی کہنا ہوتا تھا اجازت سے کہتے ہیں، اگر آپ کو برا نہ لگے تو دوبارہ سنا سکتے ہیں۔ رسول اللہ نے پھر سنانا شروع کیا، تیسری دفعہ عربوں میں دستور نہیں تھا کہ شاعر کو ریکویسٹ کی جائے، شاعر کو کت کیا جائے کہ شاعر دوبارہ سنائے، تنگ آیا مجبور ہو گیا، میں آخری دفعہ اربع دستور نہیں ہے، میں نے تصویر پھر سنا دوں۔ آپ صلی اللہ علیہ وسلم سے آتے پہنچے واشہد اللہ نال نال پڑھنا شروع کرتا، واشہد اللہ الہ الا اللہ وحدہ لا شریک لہ، واشہد۔ واپس آیا، واپس آ کے وہ جیل نو کہندا دنیا کا کوئی اور بندہ سید الانبیاء صلی اللہ علیہ وسلم دی محمد رسول اللہ صلی اللہ علیہ وسلم دی رسالت تو انکار کر لے تو میں مان لوں گا کہ چاہے لے۔ ابو جہل تو انکار کرے، تم تو سب کچھ پتہ ہے، تم تو پتہ ہے کلام الہی کی چیز ہے۔ ابو جہل نے کہا منو پتہ ہے لیکن میں اپنی انا خنے ختم کر سکتے ہوئے نہیں۔ یہ معجزے سن، آپ دیکھیں کئی دفعہ سے سوچنے ہیں، دو سوال بڑے کمال نے رسول اللہ صلی اللہ علیہ وسلم کی زندگی کے بارے میں۔ ایک سوال عموماً نے پوچھا جاتا ہے کہ جس طرح کے معجزے باقی انبیاء دیتے گئے رسول اللہ صلی اللہ علیہ وسلم کیوں نہیں دیتے گئے، بڑا عام سا سوال۔ حضرت موسیٰ بغل سے ہاتھ دیتا باہر کھڈیا چمکدار ہاتھ جیسے بہدا، سوٹی سوٹی سب بن گئی، سارے سب کھا گئے، کوئی تور تے گئے اللہ نے کلام کیتا۔ حضرت موسیٰ پھر باپ تے پیدا ہوئے پنگوڑے وچ اعلان کیتا کہ میں نبی ہاں، مادر ذات اندھے دی اکھ تے ہاتھ پھیرتے سن بینا ہو جاندے سن، کوڑی وہ ہاتھ پھیرتے سن وہ کوڑ ٹھیک ہو جاندے سن، قبر تے کھڑے ہو کے کہندے سن کم بیز اللہ تو مردہ زندہ ہوتا سی۔ ایسا کیوں ہے کہ رسول اللہ صلی اللہ علیہ وسلم کو ایسے معجزات نہیں آئے؟ وہ جواب ایک تو قرآن خود دینا ہے اور دوسرا رسول اللہ صلی اللہ علیہ وسلم کی جی نبوت کے بارے کہ چونکہ رسول اللہ صلی اللہ علیہ وسلم کی نبوت نے آخر وقت تک رہنا سی، میرے تک بھی رہنا سی، وہ ہر معجزہ تسی انکار کر سکتے ہو، وہ تاریخ کا معجزہ ہے جی، پتہ نہیں ہوا ایسے کہ نہیں ہوئے سی۔ نبی اکرم صلی اللہ علیہ وسلم ایک معجزہ ادا کیا گیا، وہ قرآن کا معجزہ، یعنی آخر دم تک انج کھڑا ہے، آؤ میرے کو غلطی کر کے ہوگا، فاتو بے صورت مصری ودو شہد آپ میں دون بنا ہو جی کوئی صورت۔ آج تاریخ حیران کن طور سے
कोई साइंटिफिक नवा ट्रुथ निकलता है, कुरान खोल के देखो, कुरान सामने कहने के बाद बात मैं ज्यादा तरीन जी सूरत हाल आज तो 100-150 साल पहले जी मां के पेट च बच्चा जोड़ा एम्ब्रियोलॉजी की साइंस होंगी है कि बच्चा जो 6 मुख्तलिफ स्टेजिस तो गुजरता है कि पहला लीच लीक सैप्टेंस हूँ फिर वो बाद कवर चलता है फिर वो हड्डियां बन दें छे। जिस बंदे ने यह पूरी की पूरी साइंस दरियाफ्त की उस बंदे ने उसे कुरान पेश किया गया तो हैरान रह गया कि क्या कोई माइक्रोस्कोप याद हो चुके से जो नबी करना करता। तो कुरान आज तक रसूलुल्लाह सल्लल्लाहु अलैहि वसल्लम का मौजदा है 1400 साल काफत नास। और कुरान बताते खुद मैं कभी कभी सोचता ना कि कुरान ने इस तरह रसूलुल्लाह ने पुकारे है इतनी खूबसूरत नाता मेरे पाक रसूल सल्लल्लाहु अलैहि वसल्लम लिखे जिस तरह कोई महबूब ने कहा असि तेन कल्याण छाड़ते नहीं दिता कत्मा खा के अल्लाह कह रहे मां बता कर मां कला अल्लाह तो खैर लगा फिर जड़ी अलम नशा रखा सदर का वरफान अन का वजर का अन कदर सहर का वरफान लग असी तेरा नाम बुलंद करा क्या क्या मोहब्बत है किस अंदाज से बुलाया जा रहा है और किस तरीके ना नबी पाक सल्लल्लाहु अलैहि वसल्लम के असी तेरा नाम बुलंद करा इन्ना आता इन्ना कल कौसर फसल ले रब्बे का वन इन्ना शान या कवर तेरा दुश्मन जरा अवतर हो जाएगा तेरा दुश्मन अवतर हो जाएगा असी तेन ओक चीज आता इस तरह की तारीफ इस तरह। और सब तो अहम तरीन बात जिस गल खत्म करना चाहगा कि रसूल सलम की सूरह तौबा के आखिर अल्लाह दो सिफत ने और वह कमाल ने सिफत ने एक रऊफ और एक रहीम बहुत बड़ी सिफत है अल्लाह अल्लाह तबारक तआला ने इन दोवें नाँ जड़े ने रसूलुल्लाह सल्लल्लाहु अलैहि वसल्लम के नाँ से रखते व बिल मोमिनीन रऊफुर रहीम ए रसूल जड़ा मैं तुम्हें भेजा है वह तुहाडे लिए रऊफ भी है तो रहीम भी है किधरी मोमिनीन लिए इन्हां नूं तुहाडी हिरस अल्लाह तआला कहिंदे तुहाडी परेशानी इस रसूल नूं परेशान कर दिंदी है हरीस है तुहाडी जहन नूं बचाउण च हरीस है वो रसूल और जिसकी कायनात की सिफात इन्हें खत्म नहीं होंगे वो बारे जी बात सही जी गालिब ने की इस गल खत्म करना गालिब ने जिस नात लिखनी शुरू की तो गालिब नात लिखना शुरू उन्हें क्या कि हक जल वगर तर्ज बयान है मुहम्मद आराम कलाम हक बतबान है मुहम्मद हक जड़ा है वह कलाम मुहम्मद सल्लल्लाहु अलैहि वसल्लम जलवागर होंगे कलाम आराम कलाम हक बतबान है मुहम्मद क्योंकि कलाम हक आपकी जुबान से 8-9 शेर लिखे थक गए किड्डा वड्डा शायर थक गए कहिंदे गालिब सनाए खाजा पछस्ता गुदाश्त है गालिब मैं आपकी सना जड़ी है मैं अल्लाह ते छड़ना आराम गालिब सनाए खाजा पछस्ता हाँ जात पाक मरतबा दान मुहम्मद ये उही जात है जिहड़ी नबी पाक के मरतबे नूं जान सकती है ना साडी औकात है ना साडी हैसीयत है ना साडा मकाम है ना साडा मरतबा है ना साडा इल्म है कोई हैसीयत नहीं असी सिर्फ इस रस्ते दे विच ओ यूसुफ दे बाजार दे विच जिहड़ी माई अट्टी लै के आई सी असी सिर्फ अपने चंद लफ उस अट्टी दे तौर ते लै के आने हां हो सकता है सब कबूल हो जाए वाखुर दावा अल्हम्दुलिल्लाह रब्बिल आलमीन।